पंजाब स्टेट एड्स कंट्रोल एम्प्लाइज वेलफेयर एसोसिएशन हेल्थ डिपार्टमेंट द्वारा लुधियाना के सर्किट हाउस में एक मीटिंग के दौरान नव वर्ष 2020 का कैलेंडर जारी किया गया और साथ ही 16 जनवरी 2020 को पंजाब सरकार के सेहत मंत्री के घर पर पहुंचकर सेहत मंत्री का घेराव करने का ऐलान भी किया गया है ये दो हज़ार नौ के यूनियन जी रजिस्टर हुई थी उस तो बाद स्टेट एड्स कंट्रोल एम्प्लॉइज वैलफेयर एसोसीएशन ਉਸ ਤੋਂ ਬਾਅਦ ਅੱਜ ਪਹਿਲੀ ਵਾਰ ਅਸੀਂ ਆਪਣੀ ਸੁਸਾਇਟੀ ਦੀ ਏਕਤਾ ਨੂੰ ਦੇਖਦੇ ਹੋਏ ਯੂਨੀਅਨ ਦੀ ਏਕਤਾ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇੱਕ ਕੈਲੰਡਰ ਰੀਲੀਜ਼ ਕੀਤਾ ਹੈ ਸਾਡੀ ਪ੍ਰਮੁੱਖ ਮੰਗ ਪੰਜਾਬ ਸਰਕਾਰ ਨੂੰ ਹੈ ਕਿ ਸਾਡੇ ਸਾਰੇ ਕੰਟਰੈਕਚੁਅਲ EMPLOYEES ਨੂੰ ਰੈਗੂਲਰ ਕੀਤਾ ਜਾਵੇ ਇਸ ਤੋਂ ਇਲਾਵਾ ਡਿਪਾਰਟਮੈਂਟ ਨੇ ਪਿਛਲੇ ਦਿਨੀ ਮੈਡੀਕਲ ਅਫਸਰਾਂ ਦੀ ਤਨਖਾਹ ਵਿੱਚ ਬੇਤਹਾਸ਼ਾ ਵਾਧਾ ਕੀਤਾ ਹੈ ਜਿਸ ਦੇ ਵਿੱਚ ਅਸੀਂ ਸਾਡੇ ਜਿਹੜਾ ਪੈਰਾਮੈਡੀਕਲ ਸਟਾਫ ਹੈ ਉਸ ਨਾਲ ਬਿਲਕੁਲ ਮਤਰੀਅੀ ਮਾਮਲਾ ਵਾਲਾ ਸਲੂਕ ਕੀਤਾ ਤੇ ਉਸ ਨੂੰ ਪਿੱਛੇ ਛੱਡ ਦਿੱਤਾ ਗਿਆ। ਵੱਖ-ਵੱਖ ਧਰਨੇ ਆ ਤੇ ਮੀਟਿੰਗਾਂ ਦੌਰਾਨ ਡਿਪਾਰਟਮੈਂਟ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਐਕਸਟਰਾ ਇਨਕਰੀਮੈਂਟ ਦਿੱਤੇ ਜਾਣਗੇ। ਬਟ ਹੁਣ ਡਿਪਾਰਟਮੈਂਟ ਉਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਅਤੇ ਉਸ ਮੁੱਦੇ ਤੋਂ ਪੂਰੀ ਤਰ੍ਹਾਂ ਯੂ-ਟਰਨ ਲੈ ਰਿਹਾ ਹੈ। ਇਸ ਲਈ ਅਸੀਂ ਮਿਤੀ 16 ਜਨਵਰੀ ਦਾ ਸਿਹਤ ਮੰਤਰੀ ਦੀ ਰਿਹਾਈਸ਼ ਵਿਖੇ ਧਰਨੇ ਦਾ ਅੱਜ ਐਲਾਨ ਕੀਤਾ ਹੈ। ਸਾਡੇ ਸਾਰੇ ਜ਼ਿਲ੍ਹਾ ਨੁਮਾਇੰਦੇ ਅੱਜ ਹਾਜ਼ਰ ਹਨ। ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰੇ ਜ਼ਿਲ੍ਹਿਆਂ ਵੱਲੋਂ ਸਾਨੂੰ ਭਰਪੂਰ ਸਹਿਯੋਗ ਹੈ ਅਤੇ ਅਸੀਂ ਉਸ ਦਿਨ ਪੰਜਾਬ ਦੇ ਵਿੱਚ ਐਚਆਈਵੀ ਅਤੇ ਪੂਰੀ ਤਰ੍ਹਾਂ ਠੱਪ ਕਰਕੇ ਮੀਤੀ ਕੀਤਾ ਜਾਇਗਾ ਤੇ ਸਿਹਤ ਮੰਤਰੀ ਦੀ ਰਿਹਾਈਸ਼ ਤੇ ਅਸੀਂ ਆਪਣਾ ਪ੍ਰੈਸ਼ਰ ਪਾਉਣ ਦੇ ਲਈ 28 ਤਰੀਕ ਤੋਂ ਰਿਪੋਰਟਿੰਗ ਆ ਜਿਹੜੀ ਐਚ ਆਈ ਵੀ ਦੀ ਪੀ ਐਕਸ ਨੂੰ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਆ ਪਰ ਉਹਦੇ ਨਾਲ ਵੀ ਕਿਸੇ ਕਿਸਮ ਦਾ ਕੋਈ ਫੈਕਟਰ ਡਿਪਾਰਟਮੈਂਟ ਦੇ ਉੱਤੇ ਨਹੀਂ ਪਿਆ ਹੈਗਾ ਸੋ ਉਸ ਤੋਂ ਬਾਅਦ ਅੱਜ ਅਸੀਂ ਗੁਰੂ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕੈਲੰਡਰ ਵੀ ਰਿਲੀਜ਼ ਕਰਨਾ ਸੀ ਤੇ ਸਾਡੇ EMPLYE ਸਾਰੇ ਨੁਮਾਇਦੇ ਇਕੱਠੇ ਹੋਏ ਹੋਏ ਨੇ ਇੰਨਾ ਸਾਰਿਆਂ ਨੇ ਅੱਜ ਸਾਨੂੰ ਬਹੁਤ ਸਹਿਯੋਗ ਦੇ ਨਾਲ ਇਹ ਕਿਹਾ ਕਿ ਸਾਨੂੰ ਇਹ ਪ੍ਰੈਸ਼ਰਾਈਜ਼ ਸਿਰਫ ਰਿਪੋਰਟਿੰਗ ਤੱਕ ਨਹੀਂ ਸੀਮਿਤ ਰੱਖਣਾ ਚਾਹੀਦਾ ਇਸ ਨੂੰ ਸਾਡਾ ਧਰਨੇ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਜਾਣਾ ਚਾਹੀਦਾ ਇਹਨਾਂ ਦੀ ਸਲਾਹ ਦੇ ਨਾਲ ਹੁਣੇ ਅਸੀਂ ਮੀਟਿੰਗ ਕੀਤੀ ਹੈ ਹੁਣੇ ਇਹਨਾਂ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦੇ ਨਾਲ ਕਿਹਾ ਕਿ ਧਰਨਾ ਕਰਨਾ ਚਾਹੀਦਾ ਤੇ 16 ਜਨਵਰੀ 2020 ਨੂੰ ਇਹ ਧਰਨਾ ਸੀ ਸਿਹਤ ਮੰਤਰੀ ਦੀ ਕੋਠੀ ਦੇ ਉੱਤੇ ਕਰ ਰਹੇ ਹਾਂ ਬਿਲਕੁਲ ਸਰ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਐਚ ਆਈ ਵੀ ਏ ਡੇਜ਼ ਦੀਆਂ ਸਵਾਵਾਵਾਂ ਐਚ ਆਈ ਵੀ ਦੇ ਮਰੀਜ਼ਾਂ ਦੀ ਦੇਖਭਾਲ ਬਚਾ ਉਹਨਾਂ ਦਾ ਇਲਾਜ ਨਸ਼ੇ ਦੇ ਮਰੀਜ਼ਾਂ ਦੀ ਜਿਹੜੀ ਦਵਾਈ ਹਰ ਰੋਜ਼ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਉਹਨਾਂ ਸਾਰਿਆਂ ਸਵਾਵਾਂ ਦਾ ਸੀ ਉਸ ਦਿਨ ਸਮੂਹ ਤੌਰ ਤੇ ਬਾਈਕਟ ਕਰਾਂਗੇ ਔਰ ਜਿੰਨੀ ਦੇਰ ਪਿਛਲੀ ਵਾਰੀ ਵੀ ਅਸੀਂ ਦੋ ਧਰਨੇ ਲਾਏ ਆ ਪਰ ਡਿਪਾਰਟਮੈਂਟ ਨੇ ਸਾਨੂੰ ਭੁਲੇਖੇ ਵਿੱਚ ਰੱਖਿਆ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਈਆਂ ਜਾਣਗੀਆਂ ਡਿਪਾਰਟਮੈਂਟ ਨੇ ਸਾਨੂੰ ਮੰਗਾਂ ਮੰਨ ਕੇ ਉਸ ਤੋਂ ਬਾਅਦ ਹੁਣ ਨਾ ਕੀਤੀ ਆ ਤੇ ਉਹਨਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਉਸਨੀ ਦੇਰ ਧਰਨੇ ਤੋਂ ਨਹੀਂ ਉੱਠਾਂਗੇ